ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਸਵਾਗਤ ਹੈ ਤੁਹਾਡਾ ਆਪਣੇ ਯੂਟਿਊਬ ਚੈਨਲ 'ਤੇ। SSSB ਡਿਪਾਰਟਮੈਂਟ ਦੇ ਕਲਰਕ ਕਮ ਡਾਟਾ ਆਈਟੀ ਆਪਰੇਟਰ ਦੀ ਵੈਕੈਂਸੀ ਆਈ ਹੈ ਜੀ, ਉਸਦੇ ਐਡਮਿਟ ਕਾਰਡ ਆ ਚੁੱਕੇ ਆ ਜੀ, ਅਤੇ ਜਿਨ੍ਹਾਂ ਨੇ ਤਾਂ ਆਪਣੇ ਐਡਮਿਟ ਕਾਰਡ ਡਾਊਨਲੋਡ ਕਰ ਲਿਆ ਜੀ, ਵਧੀਆ ਗੱਲ ਆ ਜੀ। ਅਤੇ ਕਈ ਕੈਂਡੀਡੇਟਸ ਡਾਊਨਲੋਡ ਕਰ ਰਹੇ ਆ ਪਰ ਐਰਰ ਆ ਰਹੀ ਆ ਜੀ, ਉਹ ਕਿਸ ਤਰ੍ਹਾਂ ਡਾਊਨਲੋਡ ਕਰ ਸਕਦੇ ਆ ਜੀ ਉਹਨਾਂ ਨੂੰ ਦੱਸਾਂਗਾ। ਜੇ ਮਾੜੇ ਤੁਹਾਨੂੰ ਐਰਰ ਵੀ ਆ ਰਹੀ ਆ ਤਾਂ ਉਹ ਤੁਸੀਂ ਕਿੱਦਾਂ ਡਾਊਨਲੋਡ ਕਰ ਲੈਣੇ ਆ, ਠੀਕ ਆ ਜੀ। ਤੁਹਾਨੂੰ ਮੈਂ ਮੋਬਾਈਲ ਫੋਨ 'ਤੇ ਦੱਸ ਰਿਹਾ ਹਾਂ ਜੀ, ਜੇ ਤੁਹਾਡਾ ਲੈਪਟੋਪ PC ਕੁਛ ਵੀ ਹੈਗਾ ਤੁਸੀਂ ਉੱਤੇ ਵੀ ਟਰਾਈ ਕਰ ਸਕਦੇ ਹੋ ਜੀ। ਜਿੱਦਾਂ ਮੰਨ ਲਓ SSSB ਸਾਈਟ 'ਤੇ ਜਾਂਦੇ ਹੋ, ਐਡਵਰਟਾਈਜਮੈਂਟ 'ਤੇ ਕਲਿੱਕ ਕਰਦੇ ਹੋ ਤਾਂ ਇੱਦਾਂ ਦਾ ਲਿੰਕ ਆ ਜਾਂਦਾ ਵਾ, ਠੀਕ ਆ ਜੀ। ਜੇ ਤੁਸੀਂ ਚਾਹੁੰਦੇ ਹੋ ਤਾਂ ਮੈਂ ਤੁਹਾਨੂੰ ਸ਼ੁਰੂ ਤੋਂ ਵੀ ਕਰਕੇ ਦਿਖਾਉਣਾ ਵਾ, ਮੈਂ ਸ਼ੁਰੂ ਤੋਂ ਲੈ ਆਉਣਾ ਇਸ ਲਿੰਕ ਤੱਕ। ਹੁਣ ਜੇ ਆਪਾਂ SSSB ਸਰਚ ਕਰਦੇ ਹਾਂ ਗੂਗਲ ਜਾਂ ਕਰੋਮ 'ਤੇ, ਇਹਦੇ ਪਹਿਲੇ ਲਿੰਕ 'ਤੇ ਆ ਜਾਣਾ, ਠੀਕ ਆ ਜੀ। ਉਸ ਤੋਂ ਬਾਅਦ ਤੁਸੀਂ ਐਡਵਰਟਾਈਜਮੈਂਟ 'ਤੇ ਕਲਿੱਕ ਕਰ ਦੇਣਾ ਵਾ। ਜੇ ਮੈਨੂੰ ਤਾਂ ਐਰਰ ਵੀ ਆ ਰਹੀ ਹੈ, ਮੈਂ ਤੁਹਾਨੂੰ ਸਾਰਾ ਕੁਝ ਦੱਸਾਂਗਾ ਤੁਸੀਂ ਕਿੱਦਾਂ ਡਾਊਨਲੋਡ ਕਰਨਾ, ਠੀਕ ਆ ਜੀ। ਉਸ ਤੋਂ ਬਾਅਦ ਤੁਹਾਡੇ ਸਾਹਮਣੇ ਆ ਰਿਹਾ ਜੀ 19/6/2022 ਕਲਿੱਕ ਹੇਅਰ ਟੂ ਡਾਊਨਲੋਡ ਐਡਮਿਟ ਕਾਰਡ ਰੋਲ ਨੰਬਰ, ਅਤੇ 25/6 ਨੂੰ ਜਿਹੜਾ ਪੇਪਰ ਹੋਇਆ ਕਲਰਕ ਕਮ ਡਾਟਾ ਆਈਡੀ ਆਪਰੇਟਰ ਉਹਦਾ ਵਾ ਜੀ, ਉੱਤੇ ਕਲਿੱਕ ਕਰ ਦੇਣਾ ਜੀ ਆਪਾਂ, ਠੀਕ ਆ ਜੀ। ਅਤੇ ਬਾਕੀ ਗੱਲ ਮੈਨੂੰ ਗਲਤ ਬਹੁਤ ਲੱਗੀ ਕਿ ਬੱਚਿਆਂ ਨੂੰ ਕੈਂਡੀਡੇਟਸ ਨੂੰ ਸੈਂਟਰ ਬਹੁਤ ਦੂਰ ਪਏ ਆ, ਉਹ ਕਿ ਕਈਆਂ ਨੇ ਇਸੇ ਪੱਖੋਂ ਹੀ ਨਹੀਂ ਜਾਣਾ ਪੇਪਰ ਕਿ ਦੂਰ ਆ, ਕਿਉਂਕਿ ਕਈਆਂ ਦੇ ਘਰ ਦੇ ਅਲਾਓ ਨਹੀਂ ਕਰਦੇ, ਕਿਉਂਕਿ ਕਈਆਂ ਨੇ ਕਿਸੇ ਦੇ ਨਾਲ ਜਾਣਾ ਕਿਸੇ ਨੇ, ਠੀਕ ਆ ਜੀ। ਜਿੱਦਾਂ ਮੰਨ ਲਓ ਕਿਸੇ ਕੁੜੀ ਜਾ ਰਹੀ ਹੈ ਤਾਂ ਫਾਦਰ ਸਾਹਿਬ ਜਾ ਰਿਹਾ, ਜੇ ਮੰਨ ਲਓ ਦਿਹਾੜੀਦਾਰ ਬੰਦਾ ਤਾਂ ਉਹ ਕਿੱਦਾਂ ਕਰੂਗਾ ਐਡਜਸਟ, ਕਿਉਂਕਿ ਤੁਹਾਨੂੰ ਵੀ ਆਪਣੀ ਦਿਹਾੜੀ ਵੀ ਭਰਨੀ ਪੈਣੀ, ਤਾਂ ਚੀਜ਼ਾਂ ਬਹੁਤ ਗਲਤ ਆ ਸਰਕਾਰ ਦੀ ਵੀ, ਠੀਕ ਆ। ਲਾਗੇ ਹੁੰਦਾ ਸੈਂਟਰ ਨੀਅਰ ਡਿਸਟ੍ਰਿਕਟ ਦੇ, ਤਾਂ ਕੈਂਡੀਡੇਟਸ ਨੂੰ ਜਾਣਾ ਸੌਖਾ ਹੋ ਜਾਂਦਾ ਸੀ, ਠੀਕ ਆ ਜੀ। ਹੁਣ ਤੁਸੀਂ ਆਪਣਾ ਐਪਲੀਕੇਸ਼ਨ ਨੰਬਰ ਭਰ ਦੇਣਾ ਜੀ, ਆਪਣੀ ਡੇਟ ਆਫ ਬਰਥ ਭਰ ਦੇਣੀ ਆ, ਅਤੇ ਜਿਹੜਾ ਤੁਸੀਂ ਉਦੋਂ ਐਪਲੀਕੇਸ਼ਨ ਦੇ ਵਿੱਚ ਨੰਬਰ ਭਰਿਆ ਸੀ ਮਾਲਣ ਉਹ ਭਰ ਦੇਣਾ, ਠੀਕ ਆ ਜੀ। ਵੈਸੇ ਸਾਰਿਆਂ ਦਾ ਫਾਈਨਲ ਪ੍ਰਿੰਟ ਹੋਊਗਾ, ਵੇਖਿਆ ਹੋਊਗਾ ਸਾਰਿਆਂ ਨੇ। ਜੇ ਮੰਨ ਲਓ ਕਿਸੇ ਤੋਂ ਐਪਲੀਕੇਸ਼ਨ ਪ੍ਰਿੰਟ ਨਹੀਂ ਹੈਗਾ ਜੀ, ਐਪਲੀਕੇਸ਼ਨ ਨੰਬਰ ਵਗੈਰਾ ਨਹੀਂ ਹੈਗਾ ਜੀ, ਉਹ ਇੱਦਾਂ ਕਰਨਗੇ ਕਿ ਉਹ ਔਨਲਾਈਨ ਐਪਲੀਕੇਸ਼ਨ 'ਤੇ ਜਾਣਗੇ, ਜਿੱਥੇ ਵੀ ਰਿਕਿਊਰਮੈਂਟ ਦਾ ਲਿੰਕ ਹੈਗਾ ਵਾ ਕੰਮ ਡਾਟਾ ਇੰਟਰਪ੍ਰੇਟਰ ਦਾ, ਉੱਥੇ ਜਾਣਗੇ। ਉੱਥੇ ਅੱਗੇ ਫਾਰਵਰਡ ਦੀ ਆਪਸ਼ਨ ਹੈਗੀ, ਫਾਰਵਰਡ ਦੂਜਾ ਰਜਿਸਟ੍ਰੇਸ਼ਨ ਐਪਲੀਕੇਸ਼ਨ ID ਜਾਂ, ਠੀਕ ਆ ਜੀ। ਉੱਥੇ ਕਰ ਕਲਿੱਕ ਕਰਕੇ ਉਹ ਆਪਣਾ ਦੁਬਾਰਾ ਆਪਣੇ ਟੈਕਸਟ ਮੈਸੇਜ ਜਾਂ ਈਮੇਲ ਰਾਹੀਂ ਆਪਣਾ ਜਿਹੜਾ ਹੈਗਾ ਰਜਿਸਟ੍ਰੇਸ਼ਨ ਨੰਬਰ ਲੈ ਸਕਦੇ ਆ, ਐਪਲੀਕੇਸ਼ਨ ਨੰਬਰ ਲੈ ਸਕਦੇ ਆ, ਠੀਕ ਆ ਜੀ। ਹੁਣ ਆਪਾਂ ਐਪਲੀਕੇਸ਼ਨ ਨੰਬਰ, ਡੇਟ ਆਫ ਬਰਥ, ਆਪਣਾ ਮੋਬਾਈਲ ਨੰਬਰ ਭਰ ਕੇ ਸਬਮਿਟ ਕਰਦੇ ਹਾਂ ਜੀ। ਅਤੇ ਜਦੋਂ ਆਪਾਂ ਡਾਟਾ ਵਗੈਰਾ ਸਾਰਾ ਭਰ ਦਿੰਦੇ ਹਾਂ ਜੀ, ਉਸ ਤੋਂ ਬਾਅਦ ਤੁਸੀਂ ਸਬਮਿਟ 'ਤੇ ਕਲਿੱਕ ਕਰ ਦੇਣਾ ਵਾ, ਠੀਕ ਆ ਜੀ। ਅਤੇ ਡਾਟਾ ਨੂੰ ਮੈਂ ਮਤਲਬ ਕਿ ਤੋਂ ਉੱਪਰ ਤੋਂ ਕੀਤਾ ਹੋਇਆ ਵਾ, ਅਤੇ ਉਸ ਕਰਕੇ ਮੈਂ ਹੁਣ ਸਬਮਿਟ ਕਰ ਦੇਣਾ ਜੀ, ਅਤੇ ਤੁਸੀਂ ਵੀ ਆਪਣਾ ਡਾਟਾ ਵਗੈਰਾ ਭਰ ਕੇ ਸਬਮਿਟ ਕਰ ਦੇਣਾ ਜੀ। ਅਤੇ ਤੁਸੀਂ ਸਬਮਿਟ ਕਰ ਦਿੰਦੇ ਹੋ ਜੀ, ਅਤੇ ਕਈਆਂ ਦੇ ਐਰਰ ਆ ਜਾਂਦੀ ਹੈ, ਤਾਂ ਫਿਰ ਐਰਰ ਨੇ ਬੈਕ ਚਲ ਜਾਣਾ ਵਾ। ਉਸ ਤੋਂ ਬਾਅਦ ਤੁਹਾਡੇ ਸਾਹਮਣੇ ਇੱਦਾਂ ਦਾ ਮਤਲਬ ਕਿ ਇੰਟਰਫੇਸ ਓਪਨ ਹੋ ਜਾਂਦਾ ਵਾ, ਠੀਕ ਆ ਜੀ। ਉਸ ਤੋਂ ਬਾਅਦ ਤੁਸੀਂ ਇੱਥੇ ਫਿਰ ਕਲਿੱਕ ਕਰ ਦੇਣਾ ਜੀ, ਅਤੇ ਤੁਹਾਡੇ ਸਾਹਮਣੇ ਐਡਮਿਟ ਕਾਰਡ ਡਾਊਨਲੋਡ ਹੋ ਜੂਗਾ ਜੀ। ਅਤੇ ਆਹ ਸਟੈਪ ਫੋਲੋ ਕਰਕੇ ਤੁਸੀਂ ਆਪਣਾ ਐਡਮਿਟ ਕਾਰਡ ਡਾਊਨਲੋਡ ਕਰ ਸਕਦੇ ਹੋ ਜੀ। ਅਤੇ ਕਿਉਂਕਿ ਹੁਣ ਸਾਈਟ ਵਗੈਰਾ ਬਹੁਤ ਵਧੀਆ ਚੱਲ ਰਹੀ ਪਈ ਆ, ਜੇ ਮੰਨ ਲਓ ਕਿ ਤੁਹਾਡੇ ਸੈਂਟਰ ਤੁਸੀਂ ਡਾਊਨਲੋਡ ਕਰ ਰਹੇ ਸੀ, ਠੀਕ ਆ ਜੀ, ਅਤੇ ਤੁਹਾਡੇ ਮਤਲਬ ਕਿ ਕੋਈ ਦਿੱਕਤ ਆ ਰਹੀ ਆ, ਮਤਲਬ ਕਿ ਡਾਊਨਲੋਡ ਨਹੀਂ ਹੋ ਰਿਹਾ, ਫਿਰ ਆ ਰਿਹਾ ਐਰਰ ਆ ਰਿਹਾ ਵਾ, ਤਾਂ ਸਾਡੇ ਸਾਹਮਣੇ ਜਿੱਦਾਂ ਮਤਲਬ ਕਿ ਤੁਹਾਡੇ ਫੋਨ ਦੇ ਵਿੱਚ ਬੈਕ ਜਾਣ ਵਾਲਾ ਆਪਸ਼ਨ ਹੋਊਗਾ, ਇੱਥੇ ਜਿੱਦਾਂ ਮੰਨ ਲਓ ਬੈਕ ਜਾਣ ਦੀ ਆਪਸ਼ਨ ਹੁੰਦੀ ਆ ਆਪਣੇ, ਠੀਕ ਆ ਜੀ, ਇਹ ਵਾਲੀ। ਵੈਸੇ ਇਹਨੂੰ ਟੱਚ ਨਹੀਂ ਕਰ ਸਕਦੇ, ਮਤਲਬ ਕਿ ਜਿੱਦਾਂ ਆਪਾਂ ਬੈਕ ਜਾਂਦੇ ਹਾਂ, ਤੁਸੀਂ ਬੈਕ ਜਾਣਾ ਸਿੰਪਲ, ਅਤੇ ਬੈਕ ਜਾਂਦੇ ਹੋ ਫਿਰ ਉਹਨੂੰ ਕਲਿੱਕ ਕਰਦੇ ਹੋ, ਠੀਕ ਆ, ਫਿਰ ਤੁਸੀਂ ਆਪਣੇ ਇੱਥੇ ਇੰਟਰਫੇਸ 'ਤੇ ਆ ਜਾਓਗੇ ਜੀ। ਅਤੇ ਆਹ ਸਟੈਪ ਫੋਲੋ ਕਰਕੇ ਤੁਸੀਂ ਕਰ ਲੈ ਸਕਦੇ ਹੋ ਜੀ, ਹੁਣ ਕੋਈ ਐਰਰ ਨਹੀਂ ਆ ਰਿਹਾ, ਵੈਸੇ ਦੇਖ ਸਕਦੇ ਹੋ, ਠੀਕ ਆ ਜੀ। ਜੇ ਮੰਨ ਲਓ ਤੁਹਾਨੂੰ ਕੋਈ ਐਰਰ ਆ ਰਿਹਾ, ਤੁਸੀਂ ਫਿਰ ਬੈਕ ਚਲ ਜਾਣਾ ਵਾ, ਠੀਕ ਆ ਜੀ, ਫਿਰ ਕਲਿੱਕ ਕਰੋਗੇ ਇੱਥੇ, ਇੱਦਾਂ ਹੀ ਕਲਿੱਕ ਕਰ ਦੇਣਾ ਵਾ, ਠੀਕ ਆ ਜੀ, ਤੁਹਾਡੇ ਸਾਹਮਣੇ ਫਿਰ ਐਡਮਿਟ ਕਾਰਡ ਆ ਜਾਊ ਤੁਹਾਡਾ। ਅਤੇ ਜੇ ਮੰਨ ਲਓ ਫਿਰ ਤੁਹਾਨੂੰ ਕੋਈ ਦਿੱਕਤ ਆ ਰਹੀ ਆ, ਐਰਰ ਫਿਰ ਆ ਰਿਹਾ ਵਾ, ਜਾਂ ਅਨਅਵੇਬਲ ਕੁਛ ਵੀ ਇੱਦਾਂ ਆ ਰਿਹਾ ਵਾ ਜੀ, ਦਿੱਕਤ ਆ ਰਹੀ ਆ, ਮਤਲਬ ਕਿ ਨਹੀਂ ਦਿਖਾ ਰਿਹਾ ਜਾਂ ਫਾਊਂਡ ਦਿਖਾ ਰਿਹਾ ਵਾ, ਤਾਂ ਤੁਸੀਂ ਫਿਰ ਬੈਕ ਆ ਜਾਣਾ। ਅਤੇ ਜੇ ਮੰਨ ਲਓ ਕਿਸੇ ਕੈਂਡੀਡੇਟ ਦਾ ਇੱਦਾਂ ਆ ਰਿਹਾ ਜੀ, ਸਮਝੋ ਉਹਨਾਂ ਦਾ ਐਡਮਿਟ ਕਾਰਡ ਆਇਆ ਵਾ ਜੀ, ਠੀਕ ਆ ਜੀ, ਕੋਈ ਚੱਕਰ ਨਹੀਂ, ਉਹ ਆਰਾਮ ਨਾਲ ਉਹਨੂੰ ਡਾਊਨਲੋਡ ਕਰ ਸਕਦੇ ਆ। ਤਾਂ ਫਿਰ ਤੁਸੀਂ ਕਲਿੱਕ ਕਰੋਗੇ, ਜਿੱਦਾਂ ਮਤਲਬ ਤੁਹਾਡਾ ਐਰਰ ਆ ਗਿਆ, ਬੈਕ ਜਾ ਕੇ ਫਿਰ ਇਹਨੂੰ ਕਲਿੱਕ ਕਰੋਗੇ, ਤੁਹਾਡਾ ਐਡਮਿਟ ਕਾਰਡ ਸ਼ੋਅ ਹੋ ਜੂਗਾ ਜੀ। ਅਤੇ ਆਹ ਸਟੈਪ ਫੋਲੋ ਕਰਕੇ ਤੁਸੀਂ ਆਪਣੇ ਐਡਮਿਟ ਕਾਰਡ ਡਾਊਨਲੋਡ ਕਰ ਸਕਦੇ ਹੋ ਜੀ, ਹੁਣ ਕੋਈ ਵੀ ਦਿੱਕਤ ਨਹੀਂ ਆ ਰਹੀ। ਜੇ ਕੋਈ ਦਿੱਕਤ ਆ ਰਹੀ ਹੈ ਤਾਂ ਤੁਸੀਂ ਬੈਕ ਜਾ ਕੇ ਫਿਰ ਕਲਿੱਕ ਕਰਕੇ ਫਿਰ ਡਾਊਨਲੋਡ ਕਰੋਗੇ, ਹੋ ਜੂਗਾ। ਜੇ ਮੰਨ ਲਓ ਤੁਹਾਨੂੰ 15-20 ਮਿੰਟ ਲੱਗ ਸਕਦੇ ਆ, ਠੀਕ ਆ ਜੀ, ਟਾਈਮ ਲੱਗ ਸਕਦਾ, ਇਸ ਕਰਕੇ ਹੁਣ ਤੁਸੀਂ ਆਰਾਮ ਨਾਲ ਕਰ ਸਕਦੇ, ਵੈਸੇ ਟਾਈਮ ਨਹੀਂ ਲੱਗ ਰਿਹਾ ਹੁਣ।